ਅਸਲਾਮ ਵਾਲੇਕਮ ਨਾਜ਼ਰੀਨ, ਤੁਸੀਂ ਦੇਖ ਰਹੇ ਹੋ ਫਕੀਰੀ ਰੰਗ ਚੈਨਲ। ਇੱਕ ਵਾਰ ਫਿਰ ਹਾਜ਼ਰ ਹਾਂ ਆਪ ਦੀ ਖਿਦਮਤ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ। ਅੱਜ ਦੇ ਇਸ ਪੈਗਾਮ ਦੇ ਵਿੱਚ ਆਪ ਜੀ ਦੇ ਨਾਲ ਕਲਵੀ ਜ਼ਿਕਰ ਦਾ ਜਿਹੜਾ ਗੱਲ ਸਾਂਝੀ ਕਰਾਂਗਾ ਕਿ ਕਲਵੀ ਜ਼ਿਕਰ ਕੀ ਹੁੰਦਾ ਹੈ, ਕਲਵੀ ਜ਼ਿਕਰ ਕਿਵੇਂ ਕਰਨਾ ਹੈ ਅਤੇ ਇਹਦੀ ਇਜਾਜ਼ਤ ਕਿੱਥੋਂ ਲਈ ਜਾਂਦੀ ਹੈ। ਕਿਉਂਕਿ ਜ਼ਿਕਰ ਕਈ ਤਰ੍ਹਾਂ ਦੇ ਨੇ ਅਤੇ ਅੱਜ ਆਪਾਂ ਕਲਵੀ ਜ਼ਿਕਰ ਦੀ ਜਿਹੜੀ ਗੱਲ ਸਾਂਝੀ ਕਰਾਂਗੇ। ਅਤੇ ਸੁਲਤਾਨੀਆ ਜ਼ਿਕਰ, ਜ਼ਿਕਰ ਮਾਨਸਿਕ ਜ਼ਿਕਰ, ਕਲਵੀ ਜ਼ਿਕਰ ਅਤੇ ਹੋਰ ਵੀ ਜ਼ਿਕਰ ਕਈ ਨੇ। ਆਪਾਂ ਕਲਵੀ ਜ਼ਿਕਰ ਬਾਰੇ ਅੱਜ ਦੇ ਇਸ ਪੈਗਾਮ ਦੇ ਵਿੱਚ ਆਪ ਜੀ ਦੇ ਨਾਲ ਗੱਲ ਸਾਂਝੀ ਕਰਨੀ ਹੈ ਕਿ ਕੀ ਹੁੰਦਾ ਹੈ, ਕਿਵੇਂ ਹੁੰਦਾ ਹੈ, ਕਿੱਥੋਂ ਇਜਾਜ਼ਤ ਲਈ ਜਾਂਦੀ ਹੈ। ਇਹ ਸਾਰੀ ਜਾਣਕਾਰੀ ਅੱਜ ਦੇ ਇਸ ਪੈਗਾਮ ਦੇ ਵਿੱਚ ਆਪ ਜੀ ਨਾਲ ਸਾਂਝੀ ਕਰਾਂਗਾ। ਅਗਰ ਤੁਸੀਂ ਰੋਜ਼ ਇਸ਼ਕ ਦੇ ਵਿੱਚ ਬਹਿ ਕੇ ਰੱਬ ਦੀ ਬੰਦਗੀ ਕਰਦੇ ਹੋ, ਹੱਕ ਤਾਲਾ ਦੀ ਬੰਦਗੀ ਕਰਦੇ ਹੋ, ਇੱਕ ਰੱਬ ਦੀ ਬੰਦਗੀ ਕਰਦੇ ਹੋ, ਤਾਂ ਫਿਰ ਇਹ ਜਿਹੜਾ ਪੈਗਾਮ ਹੈ ਆਪ ਦੇ ਲਈ ਹੈ। ਤੁਸੀਂ ਇਸਨੂੰ ਪੂਰਾ ਜ਼ਰੂਰ ਸੁਣਨਾ, ਕੁਝ ਨਾ ਕੁਝ ਜ਼ਰੂਰ ਸਿੱਖਣ ਨੂੰ ਮਿਲੇਗਾ। ਆਓ ਅੱਜ ਦਾ ਪੈਗਾਮ ਆਪਾਂ ਸ਼ੁਰੂ ਕਰੀਏ ਉਸ ਖੁਦਾ ਦੇ ਨਾਂ 'ਤੇ ਜੋ ਹਰ ਇੱਕ 'ਤੇ ਮਿਹਰਬਾਨ ਔਰ ਨਿਗਹਿਬਾਨ ਹੈ। ਆਪਾਂ ਗੱਲ ਸਾਂਝੀ ਕਰਨੀ ਹੈ ਕਲਵੀ ਜ਼ਿਕਰ। ਹਜ਼ਰਤ ਸੁਲਤਾਨ ਬਾਹੂ ਜੀ ਕਹਿੰਦੇ ਨੇ ਕਿ ਜਿਹੜਾ ਮੂੰਹ ਦਾ ਕਲਮਾ ਹਰ ਕੋਈ ਪੜ੍ਹਦਾ, ਦਿਲ ਦਾ ਪੜ੍ਹਦਾ ਕੋਈ ਹੋ। ਜਿਹੜਾ ਮੂੰਹ ਦੇ ਨਾਲ ਜ਼ਿਕਰ ਆਪਾਂ ਬੋਲ ਬੋਲ ਕੇ ਕਰਦੇ ਹਾਂ, ਹਰ ਕੋਈ ਬੋਲ ਬੋਲ ਕੇ ਜ਼ਿਕਰ ਕਰਦਾ। ਆਪਾਂ ਜਾਣਦੇ ਹਾਂ ਕਿ ਜਦੋਂ ਅਸੀਂ ਬੋਲ ਕੇ ਜ਼ਿਕਰ ਕਰਦੇ ਹਾਂ ਤਾਂ ਕਈ ਵਾਰੀ ਮਨ ਕਿਤੇ ਹੋਰ ਹੁੰਦਾ ਅਤੇ ਜ਼ਿਕਰ ਚੱਲ ਰਿਹਾ ਹੈ। ਜਿਹੜਾ ਕਲਵੀ ਜ਼ਿਕਰ ਹੈ ਇਹ ਕੋਈ ਕੋਈ ਕਰਦਾ, ਕਲਵੀ ਜ਼ਿਕਰ ਜਿਹੜੇ ਉਹ ਬਹੁਤ ਘੱਟ ਨੇ। ਕਲਵੀ ਜ਼ਿਕਰ ਹੁੰਦਾ ਕੀ ਹੈ ਅਤੇ ਕਰਨਾ ਕੀ ਹੈ? ਕਲਵੀ ਜ਼ਿਕਰ ਉਹ ਹੁੰਦਾ ਹੈ ਕਿ ਜਦੋਂ ਦਿਲ ਦੀ ਧੜਕਣ ਦੇ ਨਾਲ ਸਾਡੇ ਅੰਦਰੋਂ ਜਿਹੜਾ ਜ਼ਿਕਰ ਚੱਲੇ, ਅੱਲਾ ਅੱਲਾ ਅੱਲਾ। ਅਤੇ ਕਈ ਥਾਂ ਇਹ ਜ਼ਿਕਰ ਇੱਦਾਂ ਵੀ ਕੀਤਾ ਜਾਂਦਾ ਕਿ ਇੱਕ ਧੜਕਣ ਬੋਲੀ ਅੱਲਾ, ਦੂਜੀ ਵਾਰੀ ਦਿਲ ਧੜਕਿਆ ਹੂ ਅੱਲਾ ਹੂ ਅੱਲਾ ਹੂ ਅੱਲਾ ਹੂ। ਇਹ ਜ਼ਿਕਰ ਐਸੇ ਚੱਲਦਾ, ਇਹ ਬੋਲ ਦਿੰਦੇ ਨੇ ਕਿ ਕਲਵੀ ਜ਼ਿਕਰ। ਇਹ ਜ਼ਿਕਰ ਜੇ ਜਾਰੀ ਹੋ ਜਾਵੇ, ਇਹਨੂੰ ਜ਼ਿਕਰ ਨੂੰ ਪਗਾਉਣਾ, ਇਹਨੂੰ ਚਲਾਉਣਾ ਇਨਸਾਨ ਦੇ ਆਪਣੇ ਹੱਥ ਵਿੱਚ ਨਹੀਂ ਹੈ। ਇਹ ਜ਼ਿਕਰ ਹਰ ਇੱਕ ਦਾ ਨਹੀਂ ਚੱਲਦਾ, ਕਿਸੇ ਕਿਸੇ ਦਾ ਚੱਲਦਾ। ਅਗਰ ਇਹ ਜ਼ਿਕਰ ਚੱਲ ਜਾਵੇ ਤਾਂ ਕਹਿੰਦੇ ਨੇ ਕਿ ਅਗਰ ਇਹ ਜ਼ਿਕਰ ਚੱਲ ਗਿਆ ਤਾਂ ਦਿਲ ਇੱਕ ਵਾਰੀ ਕਹਿੰਦਾ ਅੱਲਾਹੂ, ਅਤੇ ਸਾਡੇ ਸਰੀਰ ਦੇ ਵਿੱਚ ਜਿਹੜੀਆਂ 350 ਕਰੋੜ ਨਾੜੀਆਂ ਨਸਾਂ ਛੋਟੀ ਛੋਟੀਆਂ ਨੇ ਅਤੇ ਉਹ ਸਾਰੀਆਂ ਕਹਿ ਦਿੰਦੀਆਂ ਕਿ ਅੱਲਾ ਹੂ, ਅਤੇ ਸਾਡਾ ਉਹ 350 ਕਰੋੜ ਵਾਰੀ ਗਿਣਿਆ ਜਾਂਦਾ ਕਿ ਇਸ ਇਨਸਾਨ ਦਾ ਜ਼ਿਕਰ ਇੰਨਾ ਹੋ ਗਿਆ। ਆਪਾਂ ਕਹਿੰਦੇ ਹਾਂ ਕਿ ਜਿਹੜੇ ਫਕੀਰ, ਕਾਮਲ ਫਕੀਰ ਜਦੋਂ ਉਹਨੇ ਹੈਗੇ ਨੇ, ਉਹ ਜਦੋਂ ਜ਼ਿਕਰ ਕਰਦੇ ਆ ਕਿ ਉਹਨਾਂ ਦਾ ਜ਼ਿਕਰ ਕਿੰਨਾ ਗਿਣਿਆ ਜਾਂਦਾ, ਉਹ ਇੱਕ ਵਾਰੀ ਕਹਿੰਦੇ ਨੇ ਅਤੇ ਉਹਨਾਂ ਦਾ ਕਈ ਗੁਣਾ, ਕਈ ਹਜ਼ਾਰ ਗੁਣਾ ਵਾਰੀ ਜ਼ਿਕਰ ਗਿਣਿਆ ਜਾਂਦਾ। ਇਸ ਕਰਕੇ ਇਹ ਜਿਹੜਾ ਕਲਵੀ ਜ਼ਿਕਰ ਹੈ ਇਹ ਬਹੁਤ ਹੀ, ਜਿੱਦਾਂ ਆਪਾਂ ਕਹਿ ਦਈਏ ਕਿ ਤਾਕਤਵਰ ਚੀਜ਼ ਹੈ ਕਿ ਜਦੋਂ ਆਪਾਂ ਇਸ਼ਕ ਦੇ ਵਿੱਚ ਜ਼ਿਕਰ ਜਿਹੜਾ ਕਰਨਾ ਕਰਨਾ ਦਿਲ ਤੋਂ ਹੈ, ਦਿਲ ਦੀ ਧੜਕਣ ਦੇ ਨਾਲ, ਅਤੇ ਉਹਦੇ ਨਾਲ ਫਿਰ ਕੀ ਹੁੰਦਾ ਹੈ ਕਿ ਮਾਲਕ ਦੇ ਘਰ ਦੇ ਵਿੱਚ ਸਾਡੀ ਸੁਣਵਾਈ ਹੁੰਦੀ ਹੈ। ਇੱਕ ਤਾਂ ਹੋਰ ਲਿਖਿਆ ਹੈ ਕਿ ਜਦੋਂ ਅਸੀਂ ਜ਼ਿਕਰ ਕਰਦੇ ਹਾਂ, ਇੱਕ ਵਾਰੀ ਜੇ ਦਿਲ ਤੋਂ ਜ਼ਿਕਰ ਕਹਿ ਹੁੰਦਾ ਤਾਂ ਉਹਦੇ ਨਾਲ ਸਾਡਾ 72,000 ਵਾਰੀ ਗਿਣਿਆ ਜਾਂਦਾ।
ਜਿੰਨੀਆਂ ਸਾਡੀਆਂ ਸਰੀਰ ਦੀਆਂ ਜਿਹੜੇ ਮਸਾਮ ਨੇ, ਜਿਹੜੇ ਸਰੀਰ ਦੇ ਵਿੱਚ ਜਿੰਨੇ ਇਹ ਆਪਾਂ ਕਹਿੰਦੇ ਹਾਂ ਵੀ ਜਿੱਦਾਂ ਆਪਾਂ ਗਰਮੀ ਆਉਂਦੀ ਆ ਉਹ ਰੋਮ ਖੁੱਲਦੇ ਨੇ, ਉਹ ਸਾਰੇ ਰੋਮ ਜਿਹੜੇ 72,000 ਉਹ ਕਹਿ ਦਿੰਦੇ ਨੇ ਕਿ ਅੱਲਾਹ। ਇਹ ਹਰ ਇੱਕ ਦਾ ਨਹੀਂ ਇੱਦਾਂ ਕਹਿੰਦੇ ਕਿ ਆਪਾਂ ਇੱਕ ਵਾਰੀ ਕਹਿਤਾ ਤੇ ਅੱਲਾਹ ਤੇ ਸਾਡਾ ਇਹ 72, ਜਦੋਂ ਅਸੀਂ ਇਹ ਤੇ ਯਾਕਰ ਹੋ ਜਾਂਦੇ ਹਾਂ। ਯਾਕਰ ਅਸੀਂ ਇਹਦੇ ਕਦੋਂ ਹੁੰਦੇ ਹਾਂ ਕਿ ਜਦੋਂ ਸਾਡੇ ਉੱਠਦੇ ਬਹਿੰਦੇ ਸੁੱਤਿਆਂ ਪਿਆਂ ਜਾਗਦਿਆਂ ਦਿਲ ਕਰੇ ਅੱਲਾ ਅੱਲਾ ਅੱਲਾ, ਫਿਰ ਅਸੀਂ ਇਹਦੇ ਯਾਕਰ ਹੁੰਦੇ ਹਾਂ। ਇਸ ਅੱਲਾ ਅੱਲਾ ਕਰਨ ਦੇ ਨਾਲ ਫਿਰ ਸਾਡਾ ਜਿਹੜਾ ਜ਼ਿਕਰ ਵੱਧਦਾ ਅਤੇ ਫਿਰ ਸਾਡੀ ਜਿਹੜੀ ਹੈ ਉਹ ਪੜ੍ਹਾਈ ਵੱਧ ਜਾਂਦੀ ਹੈ। ਹੁਣ ਇਹ ਜਦੋਂ ਸਾਡਾ ਕਲਬ ਜਾਰੀ ਹੋ ਗਿਆ, ਇਹਨੂੰ ਬੋਲਦੇ ਨੇ ਕਲਬ ਜਾਰੀ, ਜਦੋਂ ਸਾਡਾ ਕਲਬ ਜਾਰੀ ਹੁੰਦਾ ਫਿਰ ਸਾਡੀ ਸਾਨੂੰ ਰੂਹਾਨੀਆਂ ਦੀ ਤਾਕਤ ਆਉਂਦੀ। ਹੁਣ ਇਹ ਕਲਬ ਜਾਰੀ ਕਰਨ ਦੇ ਲਈ ਇਜਾਜ਼ਤ ਕਿੱਥੋਂ ਲੈਣੀ ਹੈ? ਕਿਸੇ ਕਾਮਿਲ ਫਕੀਰ ਦੇ ਕੋਲ, ਕਾਮਿਲ ਮੁਰਸ਼ਦ ਦੇ ਕੋਲੋਂ ਇਜਾਜ਼ਤ ਲੈ ਕੇ ਜੇ ਆਪਾਂ ਇਹ ਜ਼ਿਕਰ ਕਰਾਂਗੇ ਤਦ ਹੀ ਸਾਡਾ ਇਹ ਜ਼ਿਕਰ ਜਾਰੀ ਹੋਵੇਗਾ। ਜੇ ਅਸੀਂ ਆਪਣੀ ਮਰਜ਼ੀ ਦੇ ਨਾਲ ਜਾਂ ਕਿਤੇ ਹੋਰ ਇਹ ਸੁਣ ਸੁਣਾ ਕੇ ਕਰੀਏ ਤਾਂ ਫਿਰ ਇਹ ਜ਼ਿਕਰ ਜਾਰੀ ਨਹੀਂ ਹੁੰਦਾ, ਜੋ ਆਪਾਂ ਮਰਜ਼ੀ ਕਰੀਏ। ਕਿਉਂਕਿ ਕਿਸੇ ਕਾਮਿਲ ਫਕੀਰ ਦਾ ਹੱਥ ਹੋਵੇ ਪਿੱਛੇ, ਮੁਰਸ਼ਦ ਦਾ ਹੱਥ ਹੋਵੇ, ਫਿਰ ਅਸੀਂ ਜ਼ਿਕਰ ਕਰੀਏ ਤਾਂ ਫਿਰ ਸਾਡਾ ਇਹ ਜ਼ਿਕਰ ਜਿਹੜਾ ਉਹ ਕਾਮਿਲ ਜਿਹੜਾ ਹੁੰਦਾ ਹੈ ਅਤੇ ਇਹ ਸਾਡਾ ਜ਼ਿਕਰ ਫਿਰ ਅੱਗੇ ਵੱਧਦਾ। ਵਾਸ ਕਰਦਾ ਕਿ ਆਪ ਜੀ ਨੂੰ ਅੱਜ ਦੇ ਪੈਗਾਮ ਵਿੱਚ ਜੋ ਸਮਝਾਇਆ ਸਮਝ ਲੱਗਾ ਹੋਵੇਗਾ। ਅੱਜ ਲਈ ਇੰਨਾ ਹੀ, ਜਲਦ ਹਾਜ਼ਰ ਹੋਵਾਂਗਾ ਨਵੀਂ ਵੀਡੀਓ ਨਾਲ। ਤਦ ਤੱਕ ਲਈ ਹੱਕ ਮੁਰਸ਼ਦ ਸੱਚ ਮੁਰਸ਼ਦ।